ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਸਮੇਂ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਜੰਗਲਾਂ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਇਸ ਮੌਕੇ ਮੰਗਲਵਾਰ ਨੂੰ ਫੋਰਟ ਮੈਕਮਰੇ ਦੇ ਵਿੱਚ ਭਾਈਚਾਰਿਆਂ ਨੂੰ ਘਰ ਛੱਡ ਕੇ ਜਾਣ ਦੇ ਲਈ ਤੁਰੰਤ ਕਹਿ ਦਿੱਤਾ ਗਿਆ, ਜਦੋਂ ਜੰਗਲਾਂ ਨੂੰ ਲੱਗੀ ਅੱਗ ਸ਼ਹਿਰ ਦੇ ਕਾਫੀ ਨੇੜੇ ਤੱਕ ਪਹੁੰਚ ਗਈ। ਅਲਬਰਟਾ ਵਿੱਚ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ, ਜਿੱਥੇ ਕਿ ਬੇਕਨ ਹਿੱਲ, ਐਬਸੈਂਡ, ਪ੍ਰੇਰੀ ਕ੍ਰੀਕ ਤੇ ਗ੍ਰੇਲਿੰਗ ਟੈਰਿਸ ਵਾਸਤੇ ਵੀ ਦੁਪਹਿਰ ਦੇ 2 ਵਜੇ ਮੰਗਲਵਾਰ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਕਿ ਚੇਤਾਵਨੀ ਜਾਰੀ ਕਰਦੇ ਹੋਏ ਸਾਰੇ ਵਸਨੀਕਾਂ ਨੂੰ ਦੁਪਹਿਰ ਦੇ 4 ਵਜੇ ਤੱਕ ਘਰ ਖਾਲੀ ਕਰਕੇ ਜਾਣ ਦੇ ਲਈ ਕਹਿ ਦਿੱਤਾ ਗਿਆ। ਜਿੱਥੋਂ ਦੇ ਵਸਨੀਕਾਂ ਨੂੰ ਕਿਹਾ ਗਿਆ ਕਿ ਤੁਰੰਤ ਘਰ ਖਾਲੀ ਕਰਕੇ ਉਹ ਲੈਕਲਾ ਬੀਚ ਕਾਉਂਟੀ ਦੇ ਰਿਸੈਪਸ਼ਨ ਸੈਂਟਰ ਦੇ ਉੱਤੇ ਚਲੇ ਜਾਣ, ਜਿਨ੍ਹਾਂ ਨੂੰ ਤੁਰੰਤ ਆਨਲਾਈਨ ਰਜਿਸਟਰ ਕਰਨ ਦੇ ਲਈ ਵੀ ਕਿਹਾ ਗਿਆ, ਜਿਨ੍ਹਾਂ ਨੇ ਅੱਗ ਕਰਕੇ ਘਰ ਛੱਡੇ ਨੇ ਤੇ ਉਹਨਾਂ ਨੂੰ 310-4455 ਉੱਤੇ ਫੋਨ ਕੀਤੇ ਜਾਣ ਦੀ ਵੀ ਚੋਣ ਦਿੱਤੀ ਗਈ। ਮੰਗਲਵਾਰ ਨੂੰ ਰਾਤੀ 8 ਵਜੇ ਤੱਕ 21,000 ਹੈਕਟੇਅਰ ਤੋਂ ਵੀ ਵੱਧ ਖੇਤਰ ਤੱਕ ਅੱਗ ਫੈਲ ਚੁੱਕੀ ਹੈ। ਫੋਰਟ ਮੈਕਮਰੇ ਲੈਂਡਫਿਲ ਤੋਂ 7.5 ਕਿਲੋਮੀਟਰ ਦੀ ਦੂਰੀ ਉੱਤੇ ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ। ਹਾਈਵੇ 63 ਤੇ 881 ਦੀ ਇੰਟਰਸੈਕਸ਼ਨ ਤੋਂ 6 ਕਿਲੋਮੀਟਰ ਦੀ ਦੂਰੀ ਉੱਤੇ ਜੰਗਲ ਨੂੰ ਅੱਗ ਲੱਗੀ ਹੋਈ ਹੈ। RCMP ਨੇ ਸ਼ਾਮ ਨੂੰ 4:30 ਵਜੇ ਦੇ ਨੇੜੇ ਐਲਾਨ ਕਰ ਦਿੱਤਾ ਸੀ ਕਿ ਹਾਈਵੇ 63 ਨੂੰ ਬੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਹਾਈਵੇ 801 ਤੇ ਸੈਪਰੇ ਕ੍ਰੀਕ ਟ੍ਰੇਲ ਤੱਕ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਅੱਗ ਦੇ ਨਾਲ ਵੱਖੋ ਵੱਖ ਕਈ ਖੇਤਰ ਪ੍ਰਭਾਵਿਤ ਹੋ ਰਹੇ ਨੇ। ਇਸ ਮੌਕੇ ਆਮ ਲੋਕਾਂ ਸਮੇਤ ਜਾਨਵਰਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਅੱਗ ਲੱਗਣ ਦੇ ਸੀਜ਼ਨ ਦੀ ਹਜੇ ਸ਼ੁਰੂਆਤ ਹੀ ਹੋਈ ਹੈ ਕਿ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪੈ ਚੁੱਕਿਆ ਹੈ। ਲੋਕਾਂ ਨੂੰ ਐਮਰਜੈਂਸੀ ਕਿੱਟਸ ਆਪਣੇ ਕੋਲ ਤਿਆਰ ਰੱਖਣ ਦੇ ਲਈ ਲਗਾਤਾਰ ਕਿਹਾ ਜਾ ਰਿਹਾ ਹੈ, ਤਾਂ ਕਿ ਜੇਕਰ ਕਿਸੇ ਨੂੰ ਵੀ ਤੁਰੰਤ ਘਰ ਛੱਡ ਕੇ ਜਾਣ ਦੀ ਲੋੜ ਪੈਂਦੀ ਹੈ ਤਾਂ ਉਹ ਐਮਰਜੈਂਸੀ ਕਿੱਟ ਉਹਨਾਂ ਦੇ ਲਈ ਮਦਦਗਾਰ ਸਾਬਤ ਹੋ ਸਕੇ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਤੇ ਸਿਹਤ ਵਿਭਾਗ ਵੱਲੋਂ ਸਨਚਿਪਸ ਦੇ ਨਾਲ ਹੀ ਹੋਰ ਇਹਨਾਂ ਸਨੈਕਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਫ੍ਰਿਟੋਲੇ ਬ੍ਰਾਂਡ ਦੇ ਅਧੀਨ ਇਹ ਵੇਚੇ ਗਏ ਨੇ, ਜਿਨ੍ਹਾਂ ਦੇ ਸਾਰੇ ਸਾਈਜ਼ ਮਾਰਕੀਟ ਵਿੱਚੋਂ ਵਾਪਸ ਮੰਗਵਾਉਂਦੇ ਹੋਏ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਨੂੰ ਖਾਣ ਦੇ ਨਾਲ ਸੈਲਮੋਨੇਲਾ ਹੋ ਸਕਦਾ ਹੈ। ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਫ੍ਰਿਟੋਲੇ ਬ੍ਰਾਂਡ ਦੇ ਅਧੀਨ ਹੀ ਇਹ ਵੱਖੋ ਵੱਖ ਪੈਕਿੰਗਸ ਵੇਚੀਆਂ ਗਈਆਂ ਨੇ, ਜਿਨ੍ਹਾਂ ਵਿੱਚ ਸਨਚਿਪਸ, ਮਲਟੀਗ੍ਰੇਨ, ਹਾਰਵੈਸਟ, ਸ਼ੈਡਰ ਸਨੈਕਸ ਸ਼ਾਮਲ ਨੇ, ਜਿਸਦੇ ਸਾਰੇ ਸਾਈਜ਼ ਨੇ। ਓਰਿਜਨਲ ਮੰਚੀਜ਼ ਸਨੈਕਸ ਮਿਕਸ ਹੈ, ਵਰਾਇਟੀ ਪੈਕਸ ਚੀਜ਼ੀ ਮਿਕਸ ਹੈ, ਸਨਚਿਪਸ, ਮਲਟੀਗ੍ਰੇਨ, ਹਾਰਵੈਸਟ, ਸ਼ੈਡਰ ਸਨੈਕਸ ਅਤੇ ਇਸਦੀ ਹੀ ਇੱਕ 40 ਪੈਕਸ ਦੀ ਪੈਕਿੰਗ ਹੈ ਅਤੇ ਇੱਕ ਓਰਿਜਨਲ ਮੰਚੀ ਸਨੈਕ ਮਿਕਸ ਦੀ 40 ਪੈਕਸ ਦੀ ਪੈਕਿੰਗ ਹੈ। ਜਿਸ ਸੰਬੰਧੀ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਆਪਣੀ ਵੈਬਸਾਈਟ ਦੇ ਉੱਤੇ ਇਹਨਾਂ ਦੇ UPC ਵੀ ਸਾਂਝੇ ਕੀਤੇ ਨੇ, ਜੋ ਪ੍ਰੋਡਕਟ ਉੱਤੇ ਕੋਡ ਲਿਖਿਆ ਹੁੰਦਾ। ਜੇਕਰ ਤੁਸੀਂ ਇਹ ਪ੍ਰੋਡਕਟ ਘਰੇ ਲਿਆਂਦਾ ਹੈ ਅਤੇ ਉਸ ਉੱਤੇ ਕੁਝ ਇਸੇ ਤਰ੍ਹਾਂ ਦਾ ਇਹੀ ਕੋਡ ਲਿਖਿਆ ਹੋਇਆ ਤਾਂ ਇਸ ਨੂੰ ਬਿਲਕੁਲ ਵੀ ਨਾ ਖਾਧਾ ਜਾਵੇ, ਕਿਉਂਕਿ ਇਸ ਨੂੰ ਖਾਣ ਦੇ ਨਾਲ ਸੈਲਮੋਨੇਲਾ ਹੋ ਸਕਦਾ, ਜਿਸ ਦੇ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ, ਜਿਸ ਨਾਲ ਕੁਝ ਦਿਨ ਲਈ ਪੇਟ ਖਰਾਬ ਵੀ ਹੋ ਸਕਦਾ, ਬੁਖਾਰ ਵੀ ਮਹਿਸੂਸ ਹੋ ਸਕਦਾ ਅਤੇ ਜੇਕਰ ਪਹਿਲਾਂ ਤੋਂ ਕੋਈ ਬਿਮਾਰ ਹੋਵੇ ਉਸ ਵਾਸਤੇ ਇਹ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ। ਓਨਟੇਰੀਓ ਸਰਕਾਰ ਨੇ ਇੱਕ ਮਤਾ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਉਹਨਾਂ ਡਰਾਈਵਰਾਂ ਦੇ ਜ਼ਿੰਦਗੀ ਭਰ ਲਈ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਜੋ ਗੱਡੀਆਂ ਚੋਰੀ ਕਰਦੇ ਨੇ। ਓਨਟੇਰੀਓ ਸਰਕਾਰ ਵੱਲੋਂ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਮੀਤ ਸਰਕਾਰੀਆ ਨੇ ਮੰਗਲਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜੇਕਰ ਮੋਟਰ ਵਹੀਕਲ ਥੈਫਟ ਦੇ ਅਧੀਨ ਕਿਸੇ ਵੱਲੋਂ ਵੀ ਕ੍ਰਾਈਮ ਕੀਤਾ ਜਾਵੇਗਾ ਤਾਂ ਉਹਨਾਂ ਨੂੰ 10 ਸਾਲ ਵਾਸਤੇ ਲਾਇਸੈਂਸ ਰੱਦ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਪਹਿਲੀ ਗਲਤੀ ਕਰਦਾ ਕੋਈ, 15 ਸਾਲ ਦੇ ਲਈ ਲਾਇਸੈਂਸ ਰੱਦ ਕੀਤਾ ਜਾ ਸਕਦਾ। ਜੇਕਰ ਕੋਈ ਦੂਜੀ ਗਲਤੀ ਕਰਦਾ
ਤੇ ਜ਼ਿੰਦਗੀ ਭਰ ਲਈ ਲਾਇਸੈਂਸ ਰੱਦ ਕੀਤਾ ਜਾ ਸਕਦਾ ਜੇਕਰ ਕੋਈ ਤੀਜੀ ਵਾਰ ਉਹ ਜਿਹੀ ਹੀ ਗਲਤੀ ਕਰਦਾ ਹੈ। ਜਿਸ ਸੰਬੰਧੀ ਟਰਾਂਸਪੋਰਟੇਸ਼ਨ ਮਿਨਿਸਟਰ ਨੇ ਜਦੋਂ ਇਹ ਐਲਾਨ ਕੀਤਾ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਵੱਲੋਂ ਇਹੋ ਜਿਹੇ ਕ੍ਰਾਈਮ ਕੀਤੇ ਜਾਂਦੇ ਨੇ ਉਹ ਇਸ ਮੌਕੇ ਹਿੰਸਾ ਦੀ ਵੀ ਵਰਤੋਂ ਕਰਦੇ ਨੇ, ਧਮਕੀਆਂ ਵੀ ਦਿੰਦੇ ਨੇ, ਹਥਿਆਰਾਂ ਦੀ ਵਰਤੋਂ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ ਜਿਸ ਦੇ ਨਾਲ ਉਹ ਗੱਡੀਆਂ ਚੋਰੀ ਕਰਦੇ ਨੇ। ਵੀਰਵਾਰ ਨੂੰ ਇਹ ਮਤਾ ਪੇਸ਼ ਕੀਤਾ ਜਾਵੇਗਾ, ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਲਾਗੂ ਵੀ ਕਰ ਦਿੱਤਾ ਜਾਵੇਗਾ। ਟੋਰਾਂਟੋ ਵਿੱਚ ਹਾਈਵੇ 401 ਦੇ ਨੇੜੇ ਅੱਜ ਹੀ ਟਰਾਂਸਪੋਰਟੇਸ਼ਨ ਮੰਤਰੀ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਇਹ ਬਿਲਕੁਲ ਵੀ ਕਬੂਲਿਆ ਨਹੀਂ ਜਾ ਸਕਦਾ ਜੋ ਲੋਕਾਂ ਨੂੰ ਅਜਿਹੇ ਵਿਅਕਤੀਆਂ ਵੱਲੋਂ ਜਬਰੀ ਉਹਨਾਂ ਦੇ ਹੀ ਵਾਹਨ ਦੇ ਵਿੱਚੋਂ ਪਿਸਤੌਲ ਦੀ ਨੋਕ ਤੇ ਗੱਡੀ ਚੋਂ ਬਾਹਰ ਕੱਢਿਆ ਜਾਂਦਾ ਹੈ ਜਾਂ ਉਹਨਾਂ ਦੀਆਂ ਹੋਰ ਥਾਵਾਂ ਤੋਂ ਗੱਡੀਆਂ ਚੋਰੀ ਕਰ ਲਈਆਂ ਜਾਂਦੀਆਂ ਨੇ। ਜਿਨ੍ਹਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਪੂਰਾ ਭਰੋਸਾ ਹੈ ਕਿ ਜੇਕਰ ਲਾਇਸੈਂਸ ਰੱਦ ਹੋਣ ਸੰਬੰਧੀ ਇਹ ਕਾਨੂੰਨ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਲੀਗਲ ਤੌਰ ਤੇ ਇਸ ਨੂੰ ਚੁਣੌਤੀ ਦਿੱਤੀ ਜਾਣੀ ਵੀ ਮੁਸ਼ਕਲ ਹੈ। ਲਾਈਫ ਲੈਬਸ ਦੇ ਉੱਤੇ ਸਾਈਬਰ ਹਮਲਾ ਹੋਇਆ ਸੀ 2019 ਵਿੱਚ, ਜਿੱਥੇ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋ ਗਈ ਸੀ ਤੇ ਜਿਸ ਤੋਂ ਬਾਅਦ ਜੋ ਕੰਪਨੀ ਉੱਤੇ ਕੇਸ ਪਾਇਆ ਗਿਆ ਤੇ ਜੋ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤੇ ਕਿ ਜੋ ਪ੍ਰਭਾਵਿਤ ਗ੍ਰਾਹਕ ਨੇ ਉਹਨਾਂ ਨੂੰ ਕੁਝ ਰਕਮ ਦਿੱਤੀ ਜਾਵੇ। ਹੁਣ ਤੱਕ ਤਾਂ ਇਹ ਦਾਅਵਾ ਸੀ ਕਿ $150 ਤੱਕ ਮਿਲੇਗਾ, ਪਰ ਹੁਣ KPMG ਇੱਕ ਕੰਪਨੀ ਜੋ ਕਿ ਲਾਈਫ ਲੈਬਸ ਦੇ ਵਾਸਤੇ ਅਕਾਊਂਟਿੰਗ ਦਾ ਕੰਮ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਹੀ ਇਹ ਕਲੇਮ ਅੱਗੇ ਗ੍ਰਾਹਕਾਂ ਤੱਕ ਪਹੁੰਚਾਏ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ 900,000 ਤੋਂ ਵੱਧ ਕਲੇਮ ਉਹਨਾਂ ਦੇ ਕੋਲ ਪਹੁੰਚੇ ਨੇ ਜੋ ਕਿ ਲੋਕ ਦਾਅਵਾ ਕਰ ਚੁੱਕੇ ਨੇ ਉਸ ਰਕਮ ਵਾਸਤੇ, ਜਿਸ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਹਰ ਇੱਕ ਨੂੰ ਹੁਣ $7.86 ਦਿੱਤੇ ਜਾ ਰਹੇ ਨੇ। ਨਾ ਸਿਰਫ ਇਹ, ਸਗੋਂ ਜਿਨ੍ਹਾਂ ਨੂੰ ਈ ਟ੍ਰਾਂਸਫਰ ਦੇ ਰਾਹੀਂ ਇਹ ਮਿਲਣੇ ਨੇ ਉਹਨਾਂ ਨੂੰ $7.86 ਮਿਲਣਗੇ ਤੇ ਜਿਨ੍ਹਾਂ ਨੂੰ ਚੈੱਕ ਦੇ ਰਾਹੀਂ ਇਹ ਮਿਲਣੇ ਨੇ ਉਹਨਾਂ ਨੂੰ $5.86 ਹੀ ਮਿਲਣਗੇ, ਕਿਉਂਕਿ $2 ਉਸ ਵਾਸਤੇ ਪ੍ਰੋਸੈਸਿੰਗ ਫੀਸ ਕੱਟੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ 2019 ਵਿੱਚ ਇਹ ਡੇਟਾ ਚੋਰੀ ਹੋਇਆ ਸੀ ਲਾਈਫ ਲੈਬਸ ਤੋਂ, ਜਿਸ ਦੇ ਨਾਲ ਹੈਕਰਸ ਨੇ ਨਿੱਜੀ ਜਾਣਕਾਰੀ 15 ਮਿਲੀਅਨ ਤੋਂ ਵੱਧ ਗ੍ਰਾਹਕਾਂ ਦੀ ਲੈ ਲਈ ਸੀ। ਉਸ ਤੋਂ ਬਾਅਦ ਹੀ ਲਾਈਫ ਲੈਬਸ ਦੇ ਉੱਤੇ ਇਹ ਕੇਸ ਪਾਇਆ ਗਿਆ ਸੀ। ਸਭ ਤੋਂ ਜ਼ਿਆਦਾ ਲਾਈਫ ਲੈਬਸ ਦੇ ਜੋ ਗ੍ਰਾਹਕ ਨੇ ਉਹ ਓਨਟੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਭਾਵਿਤ ਹੋਏ, ਜਿਨ੍ਹਾਂ ਦੀ ਨਿੱਜੀ ਜਾਣਕਾਰੀ ਚੋਰੀ ਹੋ ਗਈ। ਅਤੇ ਉਸ ਤੋਂ ਬਾਅਦ ਸਾਲ 2020 ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਓਨਟੇਰੀਓ ਪ੍ਰਾਈਵੇਸੀ ਕਮਿਸ਼ਨਰਸ ਨੇ ਹੁਕਮ ਦਿੱਤੇ ਸਨ ਲਾਈਫ ਲੈਬਸ ਕੰਪਨੀ ਨੂੰ ਕਿ ਉਹ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਹੋਰ ਜ਼ਿਆਦਾ ਸੁਰੱਖਿਅਤ ਕਿਵੇਂ ਬਣਾ ਸਕਦੇ ਨੇ, ਇਸ ਦੇ ਉੱਤੇ ਕੰਮ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਗ੍ਰਾਹਕਾਂ ਦੀ ਘੱਟ ਜਾਣਕਾਰੀ ਇਕੱਠੀ ਕੀਤੀ ਜਾਵੇ। ਕੈਨੇਡਾ ਦੇ ਸਿਹਤ ਵਿਭਾਗ ਨੇ ਕੁਝ ਰਜਾਈਆਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਵਰਤਣ ਦੇ ਨਾਲ ਚਮੜੀ ਦੇ ਉੱਤੇ ਨੁਕਸਾਨ ਹੋ ਸਕਦਾ ਹੈ, ਕਿਉਂ ਜੋ ਇਹਨਾਂ ਰਜਾਈਆਂ ਵਿੱਚ ਸੂਈ ਦੇ ਟੁਕੜੇ ਮਿਲੇ ਨੇ। ਜਿਸ ਸੰਬੰਧੀ ਚੇਤਾਵਨੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਬੇਬੀ ਕੁਇਲਟ, ਕਲਾਸਿਕ ਕੁਇਲਟ, ਕਲਾਸਿਕ ਕੁਇਲਟਿਡ ਯੂਰੋ ਸ਼ੈਮਸ, ਕਿੰਗ ਸ਼ੈਮਸ ਤੇ ਸਟੈਂਡਰਡ ਸ਼ੈਮਸ ਨਾਮ ਦੇ ਪ੍ਰੋਡਕਟ ਨੇ ਜਿਨ੍ਹਾਂ ਵਿੱਚ ਸਫੇਦ, ਨਿਊਟਰਲ, ਚਾਰਕੋਲ ਜਾਂ ਟਿਕਿੰਗ ਪ੍ਰਿੰਟ ਵਾਲੇ ਜਾਂ ਨੀਲੇ, ਗ੍ਰੇ, ਇਹਨਾਂ ਰੰਗਾਂ ਦੇ ਵਿੱਚ ਵੱਖੋ ਵੱਖ ਇਹ ਪ੍ਰੋਡਕਟ ਨੇ, ਜਿਸ ਵਿੱਚ ਟਵਿਨ, ਫੁੱਲ, ਕੁਈਨ, ਕਿੰਗ, ਕੈਲੀਫੋਰਨੀਆ ਕਿੰਗ, ਇਹ ਵੱਖੋ ਵੱਖ ਸਾਈਜ਼ ਨੇ ਜਿਨ੍ਹਾਂ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਗਿਆ। ਜਿਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਰੈਡਲੈਂਡ ਕੋਟਨ ਕੁਇਲਟਸ ਨਾਮ ਦੇ ਨਾਲ ਇਹ ਵੇਚੀਆਂ ਗਈਆਂ ਨੇ ਵੱਖੋ ਵੱਖ ਰੰਗਾਂ ਦੇ ਵਿੱਚ May 2023 ਤੋਂ ਲੈ ਕੇ February 2024 ਦੇ ਦਰਮਿਆਨ, ਜਿਨ੍ਹਾਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ ਗਿਆ। ਬੱਚਿਆਂ ਲਈ ਵੀ ਇਹਨਾਂ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ ਕਿਉਂਕਿ ਇਹਨਾਂ ਵਿੱਚ ਸੂਈ ਦੇ ਟੁਕੜੇ ਮਿਲੇ ਨੇ ਜਿਸ ਦੇ ਨਾਲ ਚਮੜੀ ਨੂੰ ਬੇਹੱਦ ਨੁਕਸਾਨ ਹੋ ਸਕਦਾ ਹੈ। May 7, 2024 ਤੱਕ ਕੈਨੇਡਾ ਤੋਂ ਇਸ ਕਰਕੇ ਕੋਈ ਘਟਨਾ ਵਾਪਰਨ ਦਾ ਫਿਲਹਾਲ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੇ ਬਾਰੇ ਵੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਇਹ ਪ੍ਰੋਡਕਟ ਵਾਪਸ ਮੰਗਵਾਇਆ ਗਿਆ ਕੰਪਨੀ ਨਾਲ ਸੰਪਰਕ ਕਰਕੇ ਰੀਫੰਡ ਲਿਆ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਬਦਲਵਾਇਆ ਜਾ ਸਕਦਾ ਹੈ। ਰੈਡਲੈਂਡ ਕੋਟਨ ਕੰਪਨੀ ਦੇ ਨਾਲ
877-478-3477 ਦੇ ਉੱਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕੰਪਨੀ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਇਸ ਸੰਬੰਧੀ ਹੋਰ ਜਾਣਕਾਰੀ ਲਈ ਜਾ ਸਕਦੀ ਹੈ। ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ। ਜਿਵੇਂ ਕਿ ਲੌਂਗ ਵੀਕਐਂਡ ਆ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਕਲੋਨਾ RCMP ਨੇ ਡਰਾਈਵਰਸ ਨੂੰ ਚੇਤਾਵਨੀ ਦਿੱਤੀ ਹੈ ਕਿ ਸੜਕਾਂ ਉੱਤੇ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਕਿ ਅਜਿਹੇ ਵਿੱਚ ਵੱਖੋ ਵੱਖ ਥਾਵਾਂ ਉੱਤੇ ਪੁਲਿਸ ਅਧਿਕਾਰੀਆਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਨਸ਼ਾ ਕਰਕੇ ਗੱਡੀ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਉਹਨਾਂ ਦੇ 30 ਦਿਨ ਤੱਕ ਵਾਹਨ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਅਤੇ ਹੋਰ ਵੀ ਸਜ਼ਾ ਹੋ ਸਕਦੀ ਹੈ। ਅਤੇ ਇਸ ਦੌਰਾਨ ਜਿਵੇਂ ਕਿ ਟ੍ਰੈਫਿਕ ਸਟੋਪ ਜ਼ਿਆਦਾ ਲਗਾਏ ਜਾ ਰਹੇ ਨੇ ਤਾਂ ਇਸ ਮੌਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਤੇ ਘੁੰਮਣ ਜਾਂਦੇ ਹੋ, ਜੇ ਤੁਸੀਂ ਸ਼ਰਾਬ ਦਾ ਸੇਵਨ ਵੀ ਕਰ ਲੈਂਦੇ ਹੋ ਤਾਂ ਸਿਟੀ ਆਫ ਕਲੋਨਾ ਦੇ ਵੱਲੋਂ ਜੋ ਵੱਖੋ ਵੱਖ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਦੇ ਨਾਲ ਹੀ ਜੋ ਰਾਈਡ ਸ਼ੇਅਰ ਕੰਪਨੀਜ਼ ਨੇ, ਟੈਕਸੀਜ਼ ਨੇ, ਪਬਲਿਕ ਟ੍ਰਾਂਸਿਟ ਹੈ ਉਸ ਦੀ ਵਰਤੋਂ ਕੀਤੀ ਜਾਵੇ, ਆਪ ਗੱਡੀ ਨਾ ਚਲਾਈ ਜਾਵੇ। ਕਲੋਨਾ RCMP ਤੋਂ ਅਧਿਕਾਰੀਆਂ ਵੱਲੋਂ ਸਾਰੇ ਡਰਾਈਵਰਸ ਨੂੰ ਮੇ ਲੌਂਗ ਵੀਕਐਂਡ ਨੂੰ ਸੁਰੱਖਿਅਤ ਤਰੀਕੇ ਨਾਲ ਮਨਾਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਕਹਿਣਾ ਕਿ ਜੇਕਰ ਤੁਹਾਨੂੰ ਆਪਣੇ ਆਲੇ ਦੁਆਲੇ ਵੀ ਕੋਈ ਵੀ ਗੱਡੀ ਚਲਾਉਂਦਾ ਹੋਇਆ ਨਸ਼ੇ ਕਰਕੇ ਦਿਖਾਈ ਦਿੰਦਾ ਹੈ ਤਾਂ ਤੁਰੰਤ 911 'ਤੇ ਫੋਨ ਕਰਕੇ ਉਸ ਦੀ ਸ਼ਿਕਾਇਤ ਜ਼ਰੂਰ ਕੀਤੀ ਜਾਵੇ ਤਾਂ ਕਿ ਸੜਕਾਂ ਨੂੰ ਸਾਰਿਆਂ ਲਈ ਸੁਰੱਖਿਅਤ ਰੱਖਿਆ ਜਾ ਸਕੇ।